ਤਸ਼ਰੀਹ ਤੋਂ ਸੁਣੇਗਾ ਤੁਹਾਡਾ ਮਿਆਰ ਹੈ ਸਿਆਲਕੋਟ ਵਾਲੇ ਸਾਗਰ ਵੀਰਾ ਇੱਕ ਵਾਰੀ ਭਾਈ ਜਿੱਥੇ ਤੀਕਰ ਬੰਦੇ ਬੈਠੇ ਨੇ ਉੱਥੇ ਤੀਕਰ ਕੈਮਰਾ ਘੁਮਾਈ ਜਵਾਬ ਇਹਨਾਂ ਦਾ ਮਿਆਰ ਵੇਖੀ ਬਗੈਰ ਤਸ਼ਰੀਹ ਤੋਂ ਮੁਸ਼ਕਿਲਾਂ ਨੂੰ ਇਹ ਮਿਟਾਣਾ ਜਾਣਦਾ ਹੈ ਜਾਣਦਾ ਹੈ ਮੁਹੰਮਦ ਨੂੰ ਖਵਾਣਾ ਕੈਮਰੇ ਵਾਲਿਆ ਜਵਾਬ ਇਹ ਜਿਹੜਾ ਕਲਿੱਪ ਹੈ ਮੇਰਾ ਕੱਟ ਕੇ ਚਾੜਨਾ ਨਹੀਂ ਇਹ ਸਤਰ ਮੈਂ ਪੜ੍ਹਨ ਲੱਗਾ ਵਾ ਸਦਾ ਦੀ ਨਗਰੀ ਹੈ ਲੇਕਿਨ ਨੇਟ ਦੇ ਨਾ ਦੇਵੀ ਮੁਹੰਮਦ ਨੂੰ ਖਵਾਣਾ ਜਾਣਦਾ ਏ ਓ ਮੁਹੰਮਦ ਨੂੰ ਖਵਾਣਾ ਜਾਣਦਾ ਏ ਓ ਮੁਹੰਮਦ ਨੂੰ ਮਲਕ ਰਜ਼ਾ ਨੂੰ ਬੰਦਾ ਵੇਖ ਕੇ ਲਾਵੇ ਇਹਨਾਂ ਦੀ ਵੀਡੀਓ ਬਣਾਈ ਤਾਂ ਬੰਦਾ ਲੱਭੀ ਤਿੰਨ ਚਾਰ ਪੰਜ ਪੰਜ ਰਹਿ ਗਿਆ ਜੀ ਓ ਮੁਹੰਮਦ ਨੂੰ ਖਵਾਣਾ ਜਾਣਦਾ ਏ 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 ਓ ਮੁਹੰਮਦ ਮੈਂ ਥੋੜਾ ਮਜਮਾ ਸਮੇਂ ਕਿ ਨਹੀਂ ਪੜਿਆ ਮੁਹੰਮਦ ਨੂੰ ਖਵਾਣਾ ਪੜਾ ਅਗਲੀ ਸਤਰ ਜਿਹੜਾ ਕੋਟਲੀ ਵਾਲਿਓ
ਉਹ ਤੁਹਾਡੀਆਂ ਜੁੱਤੀਆਂ ਨੂੰ ਸਜਾਵੇ, ਐਵੇਂ ਨਹੀਂ ਜ਼ਾਕਰ ਹੁੰਦੇ। ਬੋਲੋ ਅੱਲਾਹ ਤੁਹਾਡੀ ਜ਼ਿੰਦਗੀ ਤੇ ਰਾਜ਼ ਫਰਮਾਵੇ। ਆਓ ਸੈਯਦ ਮੌਲਾ ਅਰਸ਼ਾਂ ਦੇ ਰੰਗ ਲਾਵੇ, ਸਾਡਾ ਵੀ ਹਿਸਾਬ ਆਓ। ਬਿਸਮਿਲਲਾ ਬਾਬਾ ਜੀ, ਬਿਸਮਿਲਲਾ ਤਾਰੀਫ ਕਰ ਲਵਾਂ ਥੋੜੀ ਜੀ, ਥੋੜੀ ਜੀ ਮੌਲਾ ਦਾ ਵਾਸਤਾ ਪਹੁੰਚਾ ਜਾਇਓ, ਅੱਜ ਥੋੜੀ ਜੀ ਕਰਨ ਦਿਓ ਤੁਹਾਡੇ ਜੀ। ਬਿਸਮਿਲਲਾ ਕਰਾ ਬਾਬਾ ਜੀ, ਆਂਦਣੀ ਹੋਣੀ ਚਾਹੀਦੀ ਹੈ। ਇਹ ਥੋੜ੍ਹੀ ਜਿਹੀ ਤਰੀਫ, ਮੌਲਵੀ ਕੀ ਜਾਣਦਾ, ਸਿਰਫ ਸਾਰਾ ਕੁਝ ਮੋਮਨ ਹੈ। ਮਲਕ ਰਜ਼ਾ ਜੀ, ਮੇਰੀ ਜ਼ਿੰਦਗੀ ਦੇ ਵਿੱਚ ਐਸੀ ਬਰੀਕ ਸਤਰ ਆਈ ਨਹੀਂ ਮੌਲਾ ਦੀ ਕਸਮ ਹੈ ਜਿਹੜੀ ਪੜ੍ਹਨ ਲੱਗਾ ਵਾਂ। ਮੌਲਵੀ ਕੀ ਜਾਣਦਾ ਹੈ, ਮੁਸ਼ਕਿਲਾਂ ਨੂੰ ਭਾਈਜਾਨ ਮਿਹਰਬਾਨੀ ਸਰ ਬਾਈ ਪਿਆ ਆਖਦੇ ਨੇ ਗੁੱਡ ਗੁੱਡ, ਬੜੀ ਫਸਟ ਕਲਾਸ ਤਰੀਫ ਹੈ, ਫਿਰ ਕਰ ਦੇਵਾਂ ਪੜ੍ਹ ਕਿਤਾਬਾਂ ਸਮੇਂ ਸਾਡਾ
ਇਤਰਾਜ਼ ਫਰਮਾਵੇ, ਅਸੀਂ ਬੀਬੀ ਦੇ ਪਟੇ ਵਾਲੇ ਜ਼ਾਕਰ ਹਾਂ। ਮੌਲਾ ਦੀ ਕਸਮੇ ਤੇ ਇਮਾਮ ਹੁਸੈਨ ਦੀ ਲੱਜ ਪਾਲੀ ਹੈ, ਇਹ ਕਰੀਮੀ ਹੈ ਤੁਹਾਡੇ ਤੇ ਵੀ ਮੇਰੇ ਤੇ ਵੀ, ਜਿਹੜਾ ਇਸ ਟਾਈਮ ਇੰਜ ਪੇ ਬੋਲਦੇ ਜਿਵੇਂ ਦਿਨ ਦੇ 12 ਨੇ। ਇੱਕ ਸ਼ੇਰ ਚਾਚੇ ਦਾ ਹੁਕਮ ਹੈ ਉਹ ਫੜ ਲਈ, ਦਾਦ ਮਲਕ ਰਜ਼ਾ ਜਿਹੜੀ ਲੈਣੀ ਸੀ ਲੈ ਲਈਏ ਜੀ। ਮਿਹਰਬਾਨੀ ਜੀ, ਮਿਹਰਬਾਨੀ ਜੀ, ਇੱਥੇ ਆ ਕੇ ਉਦਾਂ ਹੀ ਥਕਾਵਟ ਲੈ ਜਾਂਦੀ ਹੈ। ਪੀਰ ਦਾ ਇੰਤਜ਼ਾਮ ਵੇਖ ਕੇ, ਪੀਰ ਦੀ ਮੁਹੱਬਤ ਵੇਖ ਕੇ, ਮੌਲਾ ਦੀ ਇੱਜ਼ਤ ਦੀ ਕਸਮ ਥਕਾਵਟ ਲੈ ਜਾਂਦੀ ਹੈ। ਮੌਲਾ ਰੰਗ ਲਾਵੇ, ਮੈਂ ਬਾਨੀ ਦੀ ਹਸੀਅਤ ਦੇ ਨਾਲ ਹਾਂ, ਸਾਰੇ ਸਾਡੇ ਮਹਿਮਾਨ ਜ਼ਾਕਰ ਨੇ, ਔਰ ਤੁਹਾਡੀ ਵੀ ਮਿਹਰਬਾਨੀ, ਮੇਰੀ ਔਕਾਤ ਨਾਲੋਂ ਵੱਧ ਮੇਰੀ ਪੜ੍ਹਾਈ ਨਾਲੋਂ ਜ਼ਿਆਦਾ ਤੁਸੀਂ ਮੁਹੱਬਤ ਕਰਦੇ ਹੋ। ਇਹ ਮੈਂ ਤੁਹਾਡਾ ਸਿਆਲਕੋਟ ਵਾਲਿਆਂ ਦਾ ਮਕਰੂਜ਼ ਹਾਂ, ਮਮਨੂਨ ਹਾਂ। ਇਹ ਸਾਰੇ ਮੇਰੇ ਭਰਾ ਬੈਠੇ ਨੇ, ਤਿੰਨ ਸਫ਼ਰ ਬਸ਼ਰਤੇ ਜ਼ਿੰਦਗੀ ਮਿੰਦਰਵਾਲ ਬਾਨੀ ਹਾਂ ਮੈਂ, ਸਾਰਾ ਦਿਨ ਉੱਥੇ ਹੀ ਰਵਾਂਗਾ। ਤੁਹਾਨੂੰ ਸਾਰਿਆਂ ਨੂੰ ਸ਼ਿਰਕਤ ਦੀ ਅਪੀਲ ਹੈ। ਹਾਂਜੀ, 10 ਮਾਰਚ ਇਨਸ਼ਾਅੱਲਾ ਠੱਠੀ ਮਿੰਦਰਵਾਲ, ਉਹ ਵੀ ਬਸ਼ਰਤੇ ਜ਼ਿੰਦਗੀ ਹਾਜ਼ਰੀ ਹੋਏਗੀ। ਔਰ ਕਿੱਥੇ ਗਿਆ, 15 ਸਫ਼ਰ ਬਸ਼ਰਤੇ ਜ਼ਿੰਦਗੀ ਬਾਨੀ ਦੀ ਹਸੀਅਤ ਨਾਲ, ਪਤੇਸਰ ਆਮਰ ਅੱਬਾਸ ਦੇ ਕੋਲ ਬਸ਼ਰਤੇ ਜ਼ਿੰਦਗੀ ਹਾਜ਼ਰੀ ਹੋਏਗੀ। ਔਰ ਵੀ 20 ਅਕਤੂਬਰ ਵੀ ਸ਼ਾਹ ਸਾਹਿਬ ਦਾ ਹੁਕਮ ਹੈ, ਉਹ ਵੀ ਇਨਸ਼ਾਅੱਲਾ। ਔਰ 30 ਅਕਤੂਬਰ ਇਨਸ਼ਾਅੱਲਾ, ਔਰ ਸਫ਼ਰ ਦਾ ਦੂਸਰਾ ਇਤਵਾਰ ਮਲਕ ਮੌਸਮ ਦੇ ਕੋਲ ਜਾਲਫਾਂ ਵਾਲੀ, ਉਹ ਵੀ ਬਸ਼ਰਤੇ ਜ਼ਿੰਦਗੀ ਬਾਨੀ ਦੀ ਹਸੀਅਤ ਨਾਲ। ਹੁਣ ਦੋਵੇਂ ਹੱਥ ਚਾਓ, ਮਸਾਹਿਬ ਮੇਰੇ ਇਸੇ ਦਾ ਮੇਰਾ ਭਰਾ ਪੜੇਗਾ, ਠੀਕ ਹੈ ਬਾਬਾ ਜੀ। ਮੌਲਾ ਜ਼ਿੰਦਗੀ ਦੀ ਰਾਫਮਾ, ਜਿਹੜਾ ਬਾਬੇ ਦਾ ਹੁਕਮ ਹੈ, ਜਿਹੜੀ ਤੁਸੀਂ ਟਿਕਟ ਕੱਢਣੀ ਹੈ ਨਾ, ਤਾਂ ਮੇਰਾ ਦਿਲ ਦੁਆ ਕਰਵਾ ਲਵਾਂ। ਚਾਚੇ ਦਾ ਹੁਕਮ ਹੈ, ਦੁਆ ਕਰੇ ਅੱਲਾ ਸਭ ਨੂੰ ਵੀ ਖਾ ਦੇ ਰੋਜ਼ਾ ਹੁਸੈਨ ਦਾ। ਹੁਸੈਨ ਕਿਸ ਬੁਲੰਦੀ ਦਾ ਨਾਮ ਹੈ, ਦੀਨ ਸਲਾਮਤ ਮੁਸ਼ਕਲ ਸ਼ਾਬੇਰ ਨੇ ਕੀਤਾ ਸਾਇਆ, ਦੀਨ ਸਲਾਮਤ ਮੁਸ਼ਕਲ ਵਿੱਚ ਸ਼ਾਬੇਰ ਨੇ ਕੀਤਾ ਸਾਇਆ, ਦੀਨ ਸਲਾਮਤ ਮੁਸ਼ਕਲ ਵਿੱਚ ਸ਼ਾਬੇਰ ਨੇ ਕੀਤਾ ਸਾਇਆ, ਪਾਕ ਬਦੂਲ ਦਾ ਪੁੱਤਰ ਨਮਾਜ਼ ਦਾ, ਪਾਕ ਬਦੂਲ ਦਾ ਪੁੱਤਰ ਨਮਾਜ਼ ਦਾ, ਇਜ ਮਈਆਰ ਬਣਾਇਆ ਸਜਦਾ ਹੁਸੈਨ ਦਾ, ਅੱਲਾ ਵੇਖਣ ਲਈ
ਬੜੀ ਦੂਰ ਦੀ ਗੱਲ ਏ ਹਾਜ ਤਾਂ ਸਭ ਦੀਆਂ ਪੂਰੀਆਂ ਕਰਦਾ ਸੈ ਮੇਰੇ ਬਾਪ ਦਾ ਲਾਲੇ ਹਾਜ ਤਾਂ ਸਭ ਦੀਆਂ ਪੂਰੀਆਂ ਕਰਦਾ ਸੈ ਮੇਰੇ ਬਾਪ ਦਾ ਲਾਲੇ ਹਾਜ ਤਾਂ ਸਭ ਦੀਆਂ ਪੂਰੀਆਂ ਕਰਦਾ ਸੈ ਮੇਰੇ ਬਾਪ ਦਾ ਲਾਲੇ ਹਾਜ ਤਾਂ ਸਭ ਦੀਆਂ ਪੂਰੀਆਂ ਕਰਦਾ ਸੈ ਮੇਰੇ ਬਾਪ ਦਾ ਲਾਲੇ ਅਜਮੇ ਜਗਦੇ ਮੈਂ ਲੱਖ ਵਾਰੀ ਪੜਾਂ ਪੁੱਤਰ ਵੰਡਦਾਈ ਮਾਵਾਂ ਲੰਬਾ ਨਹੀਂ ਪੜਨਾ ਗਾਜ਼ੀ ਦੀ ਕਸਮੇ ਨਹੀਂ ਪੜਨਾ ਜਦ ਦਿਲ ਹੋਇਆ ਉਸ ਦਿਨ ਪੜਸਾਂ ਸਿਰਫ ਇੱਕ ਦੋ ਮਿੰਟ ਪੜਨਾ ਸਿਰਫ ਦੋ ਮਿੰਟ ਪੁੱਤਰ ਵੰਡਦਾਈ ਮਾਵਾਂ ਕੋ ਅਸਗਰ ਹੁਸੈਨ ਦਾ ਪੁੱਤਰ ਵੰਡਦਾਈ ਮਾਵਾਂ ਕੋ ਅਸਗਰ ਹੁਸੈਨ ਦਾ ਪੁੱਤਰ ਵੰਡਦਾਈ ਬਾਬਾ ਜੀ ਆਇਓ ਇੱਕ ਮਿੰਟ ਅਸਗਰ ਹੁਸੈਨ ਦਾ ਪੁੱਤਰ ਵੰਡਦਾ ਮਾਵਾਂ ਕੋ ਅਸਗਰ ਹੁਸੈਨ ਦਾ ਪੁੱਤਰ ਵੰਡਦਾ ਤੁਸੀਂ ਕਰੀਬ ਆ ਜਾਓ ਇੱਥੋਂ ਸ਼ੁਰੂ ਕਰ ਲਓ ਹੁਸੈਨ ਦਾ ਪੁੱਤਰ ਵੰਡਦਾ ਮਾਵਾਂ ਕੋ ਅਸਗਰ ਹੁਸੈਨ ਦਾ ਮੇਰਾ ਭਾਈ ਪਰਸੀ ਮੈਂ ਸਿਰੇ ਇੱਕ ਜੁਮਲਾ ਪੜ੍ਹ ਰਿਹਾ ਸਿਆਲਕੋਟ ਵਾਲਿਆ ਜਿਹੜਾ ਮਾਵਾਂ ਨੂੰ ਪੁੱਤਰ ਪਿਆ ਦਿੰਦਾ ਇੱਕ ਨਹੀਂ ਦੋ ਨਹੀਂ ਪੂਰੇ ਤਰੇ ਵਾਰੀ ਉਠਾਏ ਅੱਲਾਮਾ ਨੌਕਰੀ ਅੱਲਾ ਹੈ ਕਬੂਲ ਫਰਮਾਵੇ ਮੈਨੂੰ ਅੱਲਮ ਦੀ ਕਸਮ ਹੈ ਬਾਬਾ ਦਸਤਾਰ ਸ਼ਾਹ ਇੱਕ ਨਹੀਂ ਦੋ ਨਹੀਂ ਪੂਰੇ ਤਰੇ ਵਾਰੀ ਉਠਾਏ ਇਹਨਾਂ ਬਜ਼ੁਰਗਾਂ ਆਖਿਆ ਤੇ ਮੈਂ ਇੱਕ ਜੁਮਲਾ ਪੜ੍ਹਨ ਲੱਗਾ ਮਲਕ ਰਜ਼ਾ ਮੇਰੇ ਚ ਤਾਕਤ ਨਹੀਂ ਜੋ ਮੈਂ ਨਹੀਂ ਅਸਗਰ ਪੜ੍ਹਾ ਤੁਸੀਂ ਮੈਂ ਕੀ ਰੋਣਾ ਹੈ ਸ਼ਬੀਰ ਅਸਗਰ ਨੂੰ ਜਾ ਕੇ ਖੈਮੇ ਦੇ ਦਰ ਤੇ ਆਏ ਉੱਚੀ ਢਾਹ ਮਾਰ ਕੇ ਆਦਨ ਹਾਏ ਗਰੀਬੀ ਬੀਬੀ ਰੁਪਾਇਆ ਬਡੋੜੀ ਹੈ ਕਦਮ ਚਮਕਿਆ ਨੀ ਮੌਲਾ ਲੱਖ ਪੁੱਤਰੋ ਮੈਂ ਤੇਰੇ ਤੋਂ ਪ੍ਰਦਾਨ ਕਰਾਂ ਮੌਲਾ ਗੁਰਬਤ ਮੈਂ ਕਿਉਂ ਕਰਨਾ ਹੈ ਸੈਯਦਾ ਦਰਬਾਰ ਮੈਂ ਜੰਨਤ ਚਲੋ ਸਾਂ ਕਬਰ ਚਲੋ ਸਾਂ ਮਾਲਾ ਕਿਹੜਾ ਦੁਖੀ ਸੈਯਦਾ ਦਾ ਰੁਬਾਬ ਹੋਰ ਮੈਂ ਉਸ ਵੇਲੇ ਤੀਰ ਮਾਰਿਆ ਜਦੋਂ ਮੈਂ ਅਸਗਰ ਦਾ ਮੂੰਹ ਪਿਆ ਚਮਲਾ ਮੇਰੇ ਹੱਥਾਂ ਤੇ ਤੜਪਿਆ ਸਕਦਾ ਹੈ ਮਾਸਾ ਮਕਾਈ ਛੇ ਸਿੰਧ ਮਤ
ਤੇ ਰਸਗੜ ਦੇ ਗੱਲ ਚ ਲੱਗਾ ਨਸਾਰ ਸ਼ਾਹ ਪੁੱਤਰ ਜੀ ਨੇ ਨਾਲ ਫਿਰਾਵਾਂ ਦੇ ਆਬਾਦ ਰਾਵੇ ਕੁਰਾਨ ਮੇਰੇ ਸਿਰ ਤੇ ਰੱਖ ਤੀਰ ਲੱਗਦਾ ਹਰ ਕਿੱਠਾ ਤੇ ਵਜੂਬਾਬ ਲਿਠਾ ਕੈ ਨਿਠਾ ਜੇ ਤੇਰੇ ਹੱਥ ਤੇ ਮਾਤਮ ਦੇ ਮੋਹਰੇ ਤੇ ਲੇਖੇ ਮੇਰੇ ਪਾਸ ਰੋਬਾਬ ਖਰਮਾ ਚਾਹੀਏ ਬੇਟਾ ਸੰਦੂਕ ਖੋਲ ਕੇ ਰੁਕੋ ਤੀਰ ਕਮਾਨ ਚਾਹੇ ਅਲੀ ਦੀ ਦੀ ਭਰਜਾਈ ਦੇ ਮੋਢੇ ਤੇ ਅੱਖ ਲਖਾਇਆ ਜੀ ਅੰਮਾ ਨੂੰ ਵੇ ਮੈਂ ਅਲੀ ਦੇ ਧੀਆ ਮੈਂ ਉਸ ਪਿਓ ਦੀ ਧੀਆ ਤੇਰਾ ਮੁੰਡਾ ਜ਼ਿੰਦਾ ਕਰਦਾ ਸਮਝਾਵਾ ਨਹੀਂ ਪਿਓ ਦਫਨੇ ਦੇ ਨਹੀਂ ਪਿਓ
ਭੈਣ ਕੀਤਾ ਮਾਂ ਕਰੋ ਸਵਾਲ ਚਲ ਸਾਡੇ ਦੀ ਭੈਣ ਤੋਂ ਰਹਿਣ ਕੀਤਾ ਜਾਂ ਕੋਈ ਨਾ ਕਹਿੰਦੇ ਹੱਥ ਤੇ ਮਾਤਾ ਮੈਂ ਉਹ ਹੱਥ ਆਪਣਾ ਸਿਰ ਰੱਖੇ ਤਾਂ ਮੈਂ 54 ਸਾਲਾਂ ਦੀ ਸਹਿਜਾਦੀ ਦਾ ਬੈਨ ਸੁਣਾਵਾਂ ਜਦਾਂ ਅਸਗਰ ਦੀ ਲਾਸ਼ ਨੇਤੇ ਦੀ ਚੁੰਝ ਦੀ ਆਈ ਨਾ ਤੇ ਸਕੀਨਾ ਫਿਰਾ ਤੋਂ ਹੱਥ ਵਧਾਏ ਤੇ ਰੋਲਾ ਕਿਹਾ ਦੀ ਅੱਖਾਂ ਖੋਲ ਅਸਗਰ ਕੀ